ਵਿਆ ਸਤਿ ਸ਼੍ਰੀ ਅਕਾਲ। ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਜੀ, ਬਿਰਕਾ ਪਿੰਡ ਦਾ। ਮੈਨੂੰ ਜੀ ਇੱਕ ਜੋ ਕਿ ਏਜੰਟ ਹੈਗਾ ਆ, ਹੈਰੀ ਨਾਮ ਆ ਜੀ ਉਹਦਾ, ਸਰਗੁੰਦੀ ਪਿੰਡ ਦਾ ਆ। ਮੈਨੂੰ ਉਹਨੇ ਜੀ ਟੂਰਿਸਟ ਵੀਜ਼ਾ ਬੈਂਕੋਕ ਲਈ ਸੱਦਿਆ ਸੀ। ਮੈਨੂੰ ਕਹਿੰਦਾ ਵੀ ਤੁਸੀਂ ਟੂਰਿਸਟ ਵੀਜ਼ੇ 'ਤੇ ਆਓ ਘੁੰਮਣ ਫਿਰਨ ਲਈ। ਮੈਂ ਕਿਹਾ ਜੀ ਠੀਕ ਆ। ਮੈਨੂੰ ਕਹਿੰਦਾ ਵੀ ਤੁਹਾਨੂੰ ਮੈਂ ਉਹਨਾਂ ਨੇ ਕਿਹਾ ਵੀ ਉਹ 'ਚ ਮੇਰਾ ਕੀ ਫਾਇਦਾ ਆ। ਬੋਲੇ ਤੁਹਾਨੂੰ ਇੱਕ ਸਾਲ ਲਈ ਵਰਕ ਪਰਮਿਟ ਲਵਾ ਕੇ ਦਿੱਤਾ ਜਾਊਗਾ, ਜੋ ਕਿ ਤੁਸੀਂ ਬਹੁਤ ਵਧੀਆ ਕਮਾ ਸਕੋਗੇ, ਆਪਣਾ ਪੈਸੇ ਵਧੀਆ ਕਰ ਸਕੋਗੇ, ਜੋੜ ਸਕੋਗੇ, ਸਾਰਾ ਕੁਛ ਜੀ। ਉਹਨੇ ਮੈਨੂੰ ਬਹਿਲਾਵੇ 'ਚ ਲਿਆ ਕੇ ਮੈਨੂੰ ਬੈਂਕੋਕ ਸੱਦਿਆ। ਮੈਂ ਗਿਆ ਹਾਂ ਜੀ ਘੁੰਮਣ ਫਿਰਨ ਟੂਰਿਸਟ ਵੀਜ਼ੇ 'ਤੇ। ਮੈਨੂੰ ਸੀਗਾ ਵੀ ਚਲੋ ਜੀ ਉੱਥੇ ਮੇਰਾ 1 ਸਾਲ ਲਈ ਵਰਕ ਪਰਮਿਟ ਲੱਗ ਜਾਣਾ, ਵੀ ਮੈਂ ਕੁਛ ਆਪਣੀ ਥੋੜ੍ਹਾ ਜਿਹਾ ਦਿਲ ਦੀਆਂ ਕੁਛ ਰੀਝਾਂ ਪੂਰੀਆਂ ਕਰੂੰ, ਕੁਛ ਆਪਣੇ ਮਾਂ ਪਿਓ ਨੂੰ ਕਰਵਾਊਂਗਾ, ਜਿੰਨੀ ਵੀ ਮੇਰੇ ਤੋਂ ਹੋ ਸਕੇ ਕਿਸੇ ਲਈ ਵੀ ਮੈਂ ਮਦਦ ਕਰੂੰਗਾ ਤਾਂ ਮੈਂ ਉਹ ਵੀ ਕਰਾਂਗਾ, ਮੈਂ ਨਹੀਂ ਪਿੱਛੇ ਹਟਾਂਗਾ। ਪਰ ਮੈਨੂੰ ਨਹੀਂ ਸੀ ਜੀ ਪਤਾ ਵੀ ਮੇਰੇ ਨਾਲ ਧੋਖਾ ਹੋਣਾ, ਉਹ ਕਿਸ ਤਰ੍ਹਾਂ ਹੋਣਾ ਉਹ ਵੀ ਮੈਂ ਤੁਹਾਨੂੰ ਦੱਸਦਾ। ਮੈਂ ਬੈਂਕੋਕ ਗਿਆ ਹਾਂ ਜੀ, 28 ਤਰੀਕ ਦੀ ਮੇਰੀ ਫਲਾਈਟ ਸੀ ਜੀ ਮਾਰਚ ਦੀ। ਉਸ ਤੋਂ ਬਾਅਦ ਜੀ ਮੈਂ 29 ਤਰੀਕ ਨੂੰ ਉੱਥੇ, ਜਦੋਂ ਮੈਂ ਪਹੁੰਚ ਗਿਆ ਜੀ 28 ਤਰੀਕ ਤੋਂ ਬਾਅਦ, ਉੱਥੇ ਇੱਕ ਦਿਨ ਮੈਨੂੰ ਰੱਖਿਆ ਗਿਆ ਆ ਰੂਮ ਦੇ ਵਿੱਚ। ਕੋਈ ਮੇਰੇ ਏਜੰਟ ਦਾ ਮੂਹਰਲੇ ਕੋਈ ਬੰਦਾ ਸੀਗਾ, ਕੋਈ ਕੰਟੈਕਟ ਦਾ, ਉੱਥੇ ਮੈਨੂੰ ਉਹਨੇ ਰੱਖਿਆ ਗਿਆ ਰੂਮ ਦੇ ਵਿੱਚ। ਮੈਨੂੰ ਖਾਧਾ ਪਿਲਾਇਆ ਜੀ ਉਹਨਾਂ ਨੇ, ਖਿਲਾਇਆ ਪਿਲਾਇਆ। ਉਸ ਤੋਂ ਬਾਅਦ ਜੀ ਮੈਨੂੰ ਕਹਿੰਦੇ ਵੀ ਤੁਸੀਂ ਕੋਈ ਗੱਲ ਨਹੀਂ, ਵੀ ਤੁਸੀਂ ਰੁਕੋ, ਵੀ ਤੁਹਾਨੂੰ ਕੱਲ੍ਹ ਨੂੰ ਤੁਹਾਡੀ ਜੋਬ ਜੁਆਇਨ ਕਰਵਾ ਦਿੱਤੀ ਜਾਊਗੀ, ਤੁਸੀਂ ਜਿੱਥੇ ਜਾਣਾ ਤੁਹਾਨੂੰ ਭੇਜ ਦਿੱਤਾ ਜਾਊਗਾ, ਵੀ ਤੁਸੀਂ ਹੁਣ ਅੱਜ ਰੈਸਟ ਕਰੋ। ਮੈਂ ਉਹਨਾਂ ਦੇ ਕਹਿਣ 'ਤੇ ਜੀ ਮੈਂ ਫਰੈਸ਼ ਹੋਇਆ, ਸੁੱਤਾ, ਮੈਂ ਖਾਧਾ ਪੀਤਾ, ਆਪਣਾ ਖਾਣਾ ਪਾਣੀ ਖਾ ਕੇ ਮੈਂ ਸੌਂ ਗਿਆ ਹਾਂ। ਉਸ ਤੋਂ ਬਾਅਦ ਜੀ 4:30 ਦਾ ਕੋਈ ਟਾਈਮ ਸੀਗਾ, ਮੈਨੂੰ ਉੱਥੇ ਉਹਨਾਂ ਨੇ ਠਾਲਿਆ। ਮੈਨੂੰ ਕਹਿੰਦੇ ਵੀ ਸਰ ਤੁਹਾਨੂੰ ਜਿੱਥੇ ਤੁਹਾਡੀ ਜੋਬ ਜੁਆਇਨ ਕਰਾਉਣੀ ਆ, ਵੀ ਤੁਹਾਨੂੰ ਉੱਥੇ ਭੇਜਣਾ ਆ ਜੀ, ਤੁਸੀਂ ਰੈਡੀ ਹੋ ਜਾਓ। ਮੈਂ ਕਿਹਾ ਜੀ ਠੀਕ ਹੈ ਜੀ। ਮੈਂ ਉੱਠਿਆ ਜੀ, ਮੈਂ ਨਹਾਤਾ ਧੋਤਾ, ਮੈਂ ਫਰੈਸ਼ ਹੋਇਆ। ਕਹਿੰਦੇ ਤੁਸੀਂ ਰੈਡੀ? ਮੈਂ ਕਿਹਾ ਜੀ ਹਾਂ ਜੀ। ਮੈਂ ਗਿਆ ਹਾਂ ਜੀ, ਮੈਨੂੰ ਨਹੀਂ ਸੀ ਪਤਾ ਜੀ ਬਿਲਕੁਲ ਵੀ, 4:30 ਦਾ ਟਾਈਮ, ਹਨੇਰਾ ਸੀਗਾ ਜੀ, ਮੈਨੂੰ ਨਹੀਂ ਸੀ ਪਤਾ ਬਿਲਕੁਲ ਜੀ, ਨੋ ਆਈਡੀਆ ਵੀ ਉਹ ਥਾਈਲੈਂਡ ਅਤੇ ਮਲੇਸ਼ੀਆ ਦਾ ਬਾਰਡਰ ਆ। ਮੈਨੂੰ ਹਨੇਰੇ ਦੇ ਵਿੱਚ ਜੀ ਉੱਥੇ ਮੁੰਡੇ ਨੇ, ਉਸਨੇ ਉਹਦੇ ਕਹਿਣ 'ਤੇ ਬਾਰਡਰ ਕ੍ਰੋਸ ਕਰਵਾ ਦਿੱਤਾ। ਮੈਂ ਉੱਥੇ ਜੀ ਖੜ੍ਹਾ ਰਿਹਾ ਹਾਂ, ਮੈਨੂੰ ਕਹਿੰਦਾ ਵੀ ਤੁਸੀਂ ਇੱਥੇ ਰੁਕੋ, 10-15 ਮਿੰਟ ਵੇਟ ਕਰੋ, ਵੀ ਮੈਂ ਆਉਂਦਾ ਹਾਂ। ਮੈਂ ਉਹਨਾਂ ਦੇ ਕਹਿਣ 'ਤੇ ਉੱਥੇ 10-15 ਮਿੰਟ ਵੇਟ ਕਰੀ ਗਿਆ ਹਾਂ, ਉਹ ਆਏ ਨਹੀਂ। ਫਿਰ ਉਹਨਾਂ ਨੂੰ ਮੈਂ ਕਾਲ ਕੀਤੀ ਆ, ਉਹਨਾਂ ਨੇ ਮੇਰੀ ਕਾਲ ਨਹੀਂ ਚੱਕੀ। ਫਿਰ ਮੈਂ ਕਾਲ ਦੁਬਾਰਾ ਕੀਤੀ, ਉਹਨਾਂ ਨੇ ਮੇਰੀ ਕਾਲ ਚੱਕੀ ਆ। ਕਾਲ ਚੱਕ ਕੇ ਮੈਨੂੰ ਕਹਿੰਦੇ ਆ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਜਿੱਥੇ ਕੰਮ 'ਤੇ ਲਵਾਉਣਾ ਆ, ਵੀ ਤੁਸੀਂ ਮੈਨੂੰ ਕੰਮ 'ਤੇ ਲਵਾ ਦਿਉ। ਤੁਸੀਂ ਕਹਿੰਦੇ ਸੀ ਵੀ ਤੁਹਾਨੂੰ 1 ਸਾਲ ਦਾ ਪਰਮਿਟ ਜੋ ਵੀ ਹੈਗਾ, ਵੀ ਮੈਨੂੰ ਮੇਰੇ ਮਤਲਬ ਟਿਕਾਣੇ 'ਤੇ ਪਹੁੰਚਾਇਆ ਜਾਵੇ, ਵੀ ਇੱਥੇ ਮੇਰਾ ਟਾਈਮ ਵੇਸਟ ਨਾ ਕੀਤਾ ਜਾਵੇ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਖੜ੍ਹੋ। ਵੀ ਬਸ ਅਸੀਂ ਆਏ, ਮੈਨੂੰ ਜੀ ਉਹਨੇ 10-15 ਮਿੰਟ ਦਾ ਕਹਿ ਕੇ ਭੁਲੇਚਾ ਦੇ ਗਏ ਜੀ ਮੈਨੂੰ ਉਹਨੇ। ਕਮ ਸੇ ਕਮ ਮੈਂ ਉੱਥੇ 20 ਮਿੰਟ, ਅੱਧਾ ਘੰਟਾ, ਘੰਟਾ ਖੜ੍ਹਾ ਰਿਹਾ ਹਾਂ, ਉਹ ਨਹੀਂ ਜੀ ਆਇਆ। ਉਸ ਤੋਂ ਬਾਅਦ ਜੀ ਇੱਕ ਗੱਡੀ ਆਈ ਆ, ਜੋ ਕਿ ਮਲੇਸ਼ੀਆ ਪੁਲਿਸ ਵਾਲਿਆਂ ਦੀ ਗੱਡੀ ਸੀ। ਉਹ ਉਹਨਾਂ ਨੇ ਮੈਨੂੰ ਜੀ ਦੇਖ ਕੇ ਪੁੱਛਿਆ, ਮੇਰੇ ਕੋਲ ਮੇਰਾ ਬੈਗ ਵੀ ਸੀ, ਮੇਰਾ ਪਾਸਪੋਰਟ, ਮੇਰਾ ਮੋਬਾਈਲ, ਮੇਰੇ ਕੋਲ ਸਭ ਕੁਛ ਸੀਗਾ। ਮੈਨੂੰ ਕੋਈ ਡਰ ਨਹੀਂ ਸੀਗਾ, ਕਿਉਂਕਿ ਮੈਨੂੰ ਕੁਛ ਪਤਾ ਨਹੀਂ ਸੀਗਾ। ਮੈਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਇੱਥੇ ਕੀ ਕਰ ਰਹੇ ਹਾਂ? ਮੈਂ ਉਹਨਾਂ ਨੂੰ ਕਿਹਾ ਵੀ ਮੈਂ ਟੂਰਿਸਟ ਆਇਆ ਹੋਇਆ ਹਾਂ ਘੁੰਮਣ ਫਿਰਨ, ਵੀ ਮੈਂ ਦੇਖਣ ਦੁੱਖਣ ਕੁਛ ਜੋ ਵੀ ਨਿਆ ਕੁਛ ਵੀ ਹੈਗਾ, ਵੀ ਮੈਂ ਉਹ ਕਰਨ ਇੰਜੋਇਮੈਂਟ ਕਰਨ ਆਇਆ ਹੋਇਆ। ਉਹ ਕਹਿੰਦੇ ਵੀ ਆਪਣਾ ਪਾਸਪੋਰਟ ਦਿਖਾਓ। ਮੈਂ ਉਹਨਾਂ ਨੂੰ ਜੀ ਪਾਸਪੋਰਟ ਦਿਖਾ ਲਿਆ। ਉਹ ਕਹਿੰਦੇ ਵੀ ਤੁਹਾਡੇ ਕੋਲ ਥਾਈਲੈਂਡ ਦਾ ਵੀਜ਼ਾ ਆ ਟੂਰਿਸਟ, ਵੀ ਤੁਹਾਡੇ ਕੋਲ ਮਲੇਸ਼ੀਆ ਦਾ ਹੈ ਨਹੀਂ ਗਾ। ਮੈਂ ਕਿਹਾ ਸਰ ਵੀ ਮੈਂ ਤਾਂ ਮਲੇਸ਼ੀਆ ਪਹਿਲੀ ਗੱਲ ਹੈ ਹੀ ਨਹੀਂ ਗਾ, ਵੀ ਮੈਂ ਤਾਂ ਥਾਈਲੈਂਡ ਆ। ਉੱਥੇ ਜੀ ਮੇਰੀ ਉਹਨਾਂ ਨਾਲ 2-3 ਮਿੰਟ ਬਹਿਸ ਹੋਈ ਆ। ਉਹ ਕਹੀ ਗਿਆ ਜੀ ਦਿਸ ਇਜ ਮਲੇਸ਼ੀਆ, ਮੈਂ ਕਹੀ ਗਿਆ ਜੀ ਨਹੀਂ ਮੈਂ ਥਾਈਲੈਂਡ। ਉਹ ਕਹੇ ਦਿਸ ਇਜ ਮਲੇਸ਼ੀਆ, ਮੈਂ ਥਾਈਲੈਂਡ। ਇੱਦਾਂ ਹੀ ਕਰਦੇ ਕਰਦੇ ਜੀ 2-3 ਮਿੰਟ ਖਰਾਬ ਹੋਏ ਆ। ਮੇਰਾ ਪਾਸਪੋਰਟ ਜਦੋਂ ਉਹਨਾਂ ਨੇ ਚੈੱਕ ਕੀਤਾ ਆ, ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੁਹਾਡੇ ਕੋਲ ਕੋਈ ਡਾਕੂਮੈਂਟ ਮਲੇਸ਼ੀਆ ਦਾ ਐਂਟਰੀ ਦਾ ਹੈ ਨਹੀਂ ਗਾ, ਤੁਸੀਂ ਬਾਰਡਰ ਕ੍ਰੋਸ ਕੀਤਾ ਆ, ਤੁਹਾਨੂੰ ਅਰੈਸਟ ਕੀਤਾ ਜਾਂਦਾ ਆ। ਮੈਨੂੰ ਜੀ ਉਹਨਾਂ ਨੇ ਅਰੈਸਟ ਕਰਕੇ ਲੈ ਗਿਆ, ਹੱਥ ਕੜੀ ਲਾ ਕੇ ਲੈ ਗਿਆ ਜੀ 4 ਜਣੇ ਪੁਲਿਸ ਵਾਲੇ ਗੱਡੀ ਦੇ ਵਿੱਚ ਬਿਠਾ ਲਏ। ਉਸ ਤੋਂ ਬਾਅਦ ਮੈਨੂੰ ਉੱਥੇ 14 ਦਿਨ ਲੋਕਅਪ 'ਚ ਰੱਖਿਆ ਗਿਆ। ਉੱਥੇ ਲੋਕਅਪ ਮਤਲਬ ਜੋ ਆਪਣੇ ਪੰਜਾਬ 'ਚ ਇੱਕ ਪੁਲਿਸ ਥਾਣਾ ਕਹਿ ਦਿੰਦੇ ਆ, ਉੱਥੇ 14 ਦਿਨ ਲਈ ਰੱਖਿਆ ਗਿਆ ਰਿਮਾਂਡ 'ਤੇ। 14 ਦਿਨ ਰੱਖਣ ਤੋਂ ਬਾਅਦ ਉੱਥੇ ਮੈਨੂੰ ਉੱਥੇ ਮੇਰੀ ਕੋਰਟ ਪੇਸ਼ੀ ਕਰਵਾਈ ਗਈ ਆ ਜੀ। ਉੱਥੇ ਮੈਨੂੰ ਉਹਨਾਂ ਨੇ, ਜੱਜ ਸਾਹਿਬ ਨੇ ਕੋਈ ਵੀ ਫੈਸਲਾ ਨਹੀਂ ਸੁਣਾਇਆ, ਕੁਛ ਵੀ ਹੁਕਮ ਨਹੀਂ ਜੇਲ੍ਹ ਦਾ ਸੁਣਾਇਆ ਵੀ ਤੁਹਾਡੇ ਨਾਲ ਕੀ ਹੈ ਕੀ ਨਹੀਂ, ਕੁਛ ਨਹੀਂ ਉੱਥੇ ਕੀਤਾ ਗਿਆ। ਉਸ ਤੋਂ ਬਾਅਦ ਮੈਨੂੰ ਵਾਪਸ ਲੋਕਅਪ ਲਿਆਂਦਾ ਗਿਆ। ਲੋਕਅਪ ਦਾ ਜੀ ਤੁਸੀਂ ਹਾਲ ਸੁਣੋਗੇ, ਇੰਨਾ ਮਾੜਾ ਆ, ਇੰਨਾ ਬਦਤਰ ਹਾਲ ਆ, ਮੈਂ ਕਹਿੰਦਾ ਜੀ ਇੱਕ ਕਿਸਮ ਦਾ ਨਰਕ ਹੀ ਆ। ਛੋਟਾ ਜਿਹਾ ਰੂਮ ਆ ਜੀ ਉੱਥੇ, ਚਾਚਾ 15-15, 16-16 ਮੁੰਡੇ ਸਿੱਟੇ ਹੋਏ ਆ ਜੀ ਉੱਥੇ। ਇੱਦਾਂ ਹੀ ਖਾਣਾ ਪੀਣਾ, ਟੋਇਲਟ, ਬਾਥਰੂਮ ਸਭ ਕੁਛ ਤੁਸੀਂ ਉੱਥੇ ਹੀ ਕਰਨਾ ਆ। ਬਹੁਤ ਜੀ ਮੈਂ ਬੇਕਸੂਰ ਹੋ ਕੇ ਵੀ ਮੁਸ਼ਕਿਲ ਝੱਲ ਕੇ ਆਇਆ ਹਾਂ, ਧੋਖੇ ਧੜੀ ਦੇ ਵਿੱਚ ਮੈਨੂੰ ਫਸਾਇਆ ਗਿਆ। ਉਸ ਤੋਂ ਬਾਅਦ ਜੀ ਮੈਨੂੰ ਲੋਕਅਪ ਲਿਆ ਕੇ, ਉਸ ਤੋਂ ਬਾਅਦ ਮੇਰੀ 1 ਮਹੀਨੇ ਬਾਅਦ ਫਿਰ ਪੇਸ਼ੀ ਕਰਵਾਈ ਗਈ ਆ। ਉਸ ਤੋਂ ਬਾਅਦ ਮੈਨੂੰ ਜਦੋਂ ਪੇਸ਼ੀ ਕਰਵਾਈ ਗਈ ਆ, ਮੈਨੂੰ ਜੱਜ ਸਾਹਿਬ ਨੇ
हुक्म सुनाया, ट्रांसलेटर सद्या गया आ जो कि इंडिया की भाषा हिंदी जानता से। उस तो बाद जज साहब ने उन्होंने पूछा गया भी तुम इन्हों समझाओ भी तुम इतने बॉडर क्रॉस किया उस तो बाद केस चल रहा है भी तुम हूँ एक महीना जेल कट्टनी आ जा 5,000 रिंगट मलेशिया का पे करना है, फाइन पे करना है। मैं क्या जी सर मैंने उन्होंने दसाया गया भी इदा गलबात है। मैं क्या सर मेरे को मलेशिया का कोई पैसा है नहीं, मैं आइडिया बिल्कुल नहीं सी भी मैं मलेशिया आया क्योंकि मैं तो आया सगा जी थाईलैंड। उत्थे मैंने एजेंट ने कहा भी तैनू एक साल का वर्क परमिट लवा के दिता जाऊगा भी तुम टेंशन नहीं कोई लैनी अपना काम कार करूँगे साल बाद तो फिर वीजा लगाया जाऊगा तुम आओ जाओ कोई टेंशन नहीं लैन वाली। उस तो बाद जी मैनू इदा कह कहू के जी उन्हें फसला फसलू के जी मैं बड़े कसूता जी फसाया। मैं एक महीने की फिर मैं क्या जज साहब ने मैं जी ट्रांसलेटर ने मैं कहा भी मैं मैं एक महीना मैं जेल कट लूँगा मेरे तो पैसे है नहीं मैं नहीं फाइन पे कर सकता। उन्होंने 5,000 रिंगट कहा जो कि साढ़े 5,000 रिंगट सानू मैं दसाया गया भी तुहाडे इंडिया का 1,00,000 बनता है। मैं क्या सर मेरे को पैसे है नहीं गए असी पहला ही इदा ही फट तोड़ के गए थे। तो उस तो बाद मैं एक महीना जेल कट्टी आ एक महीना जेल कट्टन बाद मैं मलेशिया इमीग्रेसन लैके गए आ उत्थे मैं 20 दिन रहा। 20 दिनों के बच्चे मेरी एक बार उन्होंने गल करवाई आ मैनू कहिंदे तुसी अपनी टिकट लई 40,000 रुपये का इंतजाम करो अपनी टिकट करवाओ तो तुहानू इत्थों 5 साल लई डिपोर्ट किया जाऊगा। मैं उन्होंने कहा भी मेरी गल करवाई करवाई जाए मेरे फादर साहब नाल मेरे परिवार नाल किसी नाल भी मैं अपना हल करूँगा। मैं अपने डैडी जी ने कॉल की है जी उन्होंने कॉल चक्की है मेरी 2 तो 3 मिनट के बिच गल करवाई है। मैनू कहिंदे भी तुसी अपनी टिकट करवाओ तो जाओ। मैं जो डैडी जी नाल गल की है मैं उन्होंने दस्या भी डैडी जी भी मेरा 40,000 रुपये की टिकट दे कह रहे हैं ये भी 40,000 रुपया तुम अपना टिकट करवाओ तो तुम 5 साल इतों डिपोर्ट करके इंडिया भेज दिता जाऊगा। मैनू नहीं जी पता मैं मुड़ के गल की उन्होंने फोन काट दिता है जी जिन्होंने मेरी गल करवाई सी मेरे डैडी जी इन्नी गल सुन तो बाद उन्होंने गल हुई है किदा हुई है मैं किदा इतने आया मैनू इस चीज़ का बिल्कुल नहीं पता। सारी गलबात मेरे फादर साहब को पता है भी कितों उन्होंने पैसों का अरेजमेंट किया किदा मैं इंडिया आया हाँ वो मैनू नहीं जी पता मेरे डैडी जी ने पता है। तो क्या वहाँ जो जेल में बंद कैदी बताए जा रहे हैं हाँ वो क्या पंजाब के हैं या फिर और दूसरे देश के हैं? हाँ जी उत्थे जी फिलहाल था जी जो मैं मेरी मौजूदगी दे बेच कल मैं दिल्ली एयरपोर्ट ते आया हाँ उत्तों एक दिन पहला भी मेरी मौजूदगी दे बेच उत्थे कम से कम जी साढ़े पंजाब के जेडे मेरे भरा आया बच्चे भैन आया मातावान आ पे आ मेरे बे दे उम्र दे घट्टो घट्ट ने जी 70 तो 80 मुंडे फसे हुए आ उन्हों का भी जी सेम प्रोसीजर यही है जी इदा ही फसे गए इदा ही एजेंटा के धोखे धड़ी चढ़े गए आ बहुत जी माड़ा हाल है उत्थे बस एक किस्म का नरक ही है जी किदा आया वो तो जी मैनू पता सरदार मुंडे आ जी साढ़े जेडे सिख कहने आपां उन्हां नूं सरदारां दे भी बाल कट दिते गए आ जी गंजे कर देंदे आ जी बिना गल्लां तों बाल कट्टी जांदे आ कुछ नहीं जी सानूं पता हैगा असीं बेकसूर आ जी सानूं फिर भी सारा कुछ झलना पिया आ। बस जी आह ही मेरी कहानी है जी मैं यही अपील करदा हाँ जी भी जिन्हें भी उत्थे साडे बेचारे भरा फसे आ भैणा फसिया उन्होंने जल्दी तो जल्दी कढ़वाया जाए तो इदा दे एजेंटा दे नत्थ पाई जाए जी। क्या लगता है कि जिस तरीके से पंजाब के युवक बाहर जाने की लगातार कोशिश करते हैं कि वो बाहर जाएंगे अपना करियर जो है वो सेटल करेंगे लेकिन फर्स्ट दूसरे ट्रैक में जाते हैं, क्या लगता है कि जो पंजाब के एजेंट है वो जो युवाओं के साथ विश्वासघात कर रहे हैं? हाँ जी बिल्कुल जी विश्वासघात कर रहे हैं जी उन्होंने जी बिल्कुल है नहीं कि किसी नाल भी कोई असी अज मुंडा जी अपना कोई सद्या आ कोई दोस्त मित्र सद्या आ जां किसी नूं अनजाण व्यक्ति नूं सद्या आ तां उहनूं असी जे अरैसट हो गया आ उहो जां उह फड़ लिया गया कुछ भी हैगा आ भी उहदा असी पिछा करके उहनूं छड़वा दईए उहदा फाइन पे कराईए सिर्फ एजेंट जी इन्नी गल रह गई आ जी पैसे खांदे आ पैसे लै के मुड़ के बात नहीं पुछदे। सेम मेरे नाल भी यही गल हुई आ मेरे नाल सब कुछ होया है मेरा पर एजेंट मैनू वापस नहीं मिलन आया कोई मेरा फाइन पे नहीं करना आया उन्हें मैनू इस टाइम तक भी फोन नहीं किया ना मेरा चक्या है उन्हें मैनू कुछ नहीं पूछा गया भी तू जींदा भी है या तू मर गया कुछ नहीं जी उत्थे पुछदे हैगे। कितना पैसा देकर आप वहां पर गए थे बाहर? कम से कम जी उत्थे मेरा सारा ही इन्हें मैनू 1.5 लाख रुपया जी इन्हें मेरा खराब करवाया है टूरिस्ट का कह के जी इन्ने पैसे उत्थे मेरे तो इन्हें ले लए आ जी करवा के मैनू कहिंदे आ भी तुहाडा वर्क परमिट लवा दिता जाऊगा मुड़ के जी उन्हें मेरी बात नहीं पुछी मैनू नहीं पता जी की हैगा की नहीं हैगा बहुत जी माड़ा हाल है। सरकार से मांग करते हैं कि इनके ऊपर नकेल कसी जाए?
हाँ जी मैं बिल्कुल कहना है जी, सरकार दे अग्गे हाथ जोड़ के मेरी अपील है भी इदां दे एजेंटां नूं कड़ी तो कड़ी सज़ा दी जाए, नत्थ पाई जाए। बस जी मेरी आह ही कहानी है, मैं इन्ने कहनी चाहना। कहाँ के रहने वाले हैं आप? पंजाब का रहने वाला है मैं, फगवाड़ा शहर का जी। मेरा नाम, मेरा लड़का मलेशिया दे विच फस गया ते जाने केस प्रोसीजन दे विच गुजरिया, ये तो हुण उहनूं ही पता। असी इत्थे जिस मुसीबत दे विच रहे ये सानूं पता, पर परेशान दोनों पासे सीगे असी। वो साडी चिंता करदा सी, असी उहनां दी चिंता करदे सीगे। पर सारिया परेशानियों तो बाद जिदा जाने कि हौली हौली, पहला तो जिहड़ा मैं करजा चुकिया सीगा, करजा चुक के भेजिया सी मुंडे नूं, यही परेशानी सी भी लाउणा आ हुण असी किदां लाउणा आ। फिर जिस वक्त मुंडे दे नाल कुछ चार बाद महीनों बाद गलबात हुई है, तो टिकट का सब तो पहला जिदा होया भी कहिंदे 40,000 रुपया यह टिकट का, कहिंदे आ भी तुसीं मैनूं पापा जी छड़ा लो इत्थों, इत्थे बहुत बुरा हाल आ। मैं होर परेशान ज़्यादा हो गया। उस तो बाद जिथे असी काम करते हैं सारे इकट्ठे ही, उत्थे एक मुंडा सगा उहदे नाल, मुंडा सगा एक जलंधर दा, उहदी उहदे नाल गलबात होई सी कि मेरे भरा नूं संतां ने छड़ाया सगा, वह भी इदा इदा करके मलेशिया दे विच फस गया सगा, ते फिर संतां ने मदद कीती आ, उहनां ने छड़ा के अपने इत्थे इंडिया लैके आंदा। मैं उत्थे चल जा, संतां दे कोल चल जा, वो तेरी मदद करनगे। मैं ये गलबात सुन के संतां दे दरबार ते चल गया, संतां दे डेरे चल गया। संतां दे डेरे जाके उन्हां दे अगे फरियाद रखी, उन्होंने मेरी फरियाद सुनी, उन्हां दी वजह दे नाल, उन्हां दी कृपा दे नाल अज मेरा बच्चा मेरे कोल आ जी। सरकारों से संपर्क किया इसी बीच आपने? संतां दे नाल मैं संपर्क किया जी, जिदा मैनूं उन्होंने दस्या, उन्होंने उत्थे सरकारों के साथ आपने संपर्क किया? हाँ नहीं, सरकार के साथ नहीं, बस अपने संतां के साथ ही। इन्होंने मदद की है मेरी, संतां ने, संतां ने टिकट लाई आ, किन्ने पैसे लगे आ, जो भी होया वो इन्हों पता, पर मैनू तो सिर्फ इन्ना पता कि मेरा जिहड़ा संसार, मेरी दुनिया उन्होंने मेरी झोली दे विच पाई आ संतां ने, उन्हां दे कारण अज ये मेरा फुल मेरे कोल बैठा। सर क्या लगता है कि जो पंजाब में जो एजेंट हैं वो कहीं ना कहीं युवाओं के साथ गलत कर रहे हैं? देखो जी, कोई भी हर एक अजकल पैसे दे मगर दौड़ लगी हो, असी तो सिर्फ पैसे करके इस करके करते हैं क्योंकि साढ़े कोल है नहीं, असी इस करके कहने भी चलो थोड़ा बहुत कमावे, सानू दुख सुख वेले बंदे दे पैसा कम आऊगा, पर जिन्हां दे कोल हैगा वो होर पैसे दे मगर दौड़दे आ, वो किसी की मदद नहीं कर रहे, पैसे दे मगर दौड़ रहे आ। रह तां इत्थे जाणा, उन्हां दा पेशा ही यह आ, जिहड़े कम नहीं करके राजी, कम चोर आ वो इदां दे कम करदे आ, ठगदे आ लोकां नूं झांसा दे के सुनहरी पैसों का, भी असीं इदां करांगे असीं उदां करांगे। बंदा गल्लां दे विच, उन्होंने गलबात इस हिसाब दे नाल करदे आ कि चंगा भला बंदा जाने कि उस गल दे विच आ जांदा, क्योंकि हर एक को चाहुंदा कि मैं अगे वधां। पंजाब सरकार या केंद्र सरकार से कोई मांग करते हैं कि इन एजेंटों पर नकेल कसी जाए? हाँ जी, असीं तां इह कहिंदे आ उधर इन्हां नूं एजेंटां ने अगे भी, मैं तो यह भी गल कहना कि जिहड़ा उधर मलेशिया दे विच असूल आ, जिद्दां मतलब ये करदे आ, पासपोर्ट नहीं दिंदे जां कोई धोखे धड़ियां दा, उन्हां नूं कुछ पुछदे नहीं कि तुहाडे नाल की होया, तुसीं किद्दां आए आ, कुछ नहीं पुछदे, बस सिर्फ चक के जेल सड़ दिंदे आ। मलेशिया सरकार दे नाल भी अपनी सरकार नूं एक कहना चाहिदा कि वी ये तुसीं इदां क्यों कर रहे, अगले का दुख पुछो भी तुसीं किद्दां आए आ, तुहाडी की मुश्किल सी, सानूं किसे ने सद्दिया सी जां तुसीं आप आए आ, पुछिया जाए फिर उन्हां दी मदद की जाए, पर एजेंटा दे नत्थ पीती पाई जाए वो तो पुछदे कुछ नहीं, बस चाके दे दिंदे, वह भी पैसे दे मगरे लगे हुआ जी, सब रले मिले आ। पर अपनी सरकार नूं चाहीदा उन्हां दे भी नकेल पाउणी चाहीदी आ, क्योंकि सरकार सरकार दे नाल आपस विच ही कर सकदी आ, आम बंदा नहीं कर सकता। बस मेरी तो इन्नी कोई बेनती है जी कि जिहड़े इदां दे बंदे हैगे आ उन्होंने नकेल कस के पैनी चाहीदी है। मेरा नाम जी एडवोकेट गुरभेज सिंह है, तो मैं बाबा जी की लीगल टीम के आम आदमी पार्टी देर भी लीगल सैल का
ਅਸੀਂ ਦੱਸਾਂ ਅਤੇ ਜਿੰਨੇ ਬੱਚੇ ਬਾਹਰੋਂ ਆ ਰਹੇ ਹੈ ਇਹਨਾਂ ਦਾ ਜਿੰਨਾ ਲੀਗਲ ਕੰਮ ਹੈ ਉਹ ਅਸੀਂ ਦੇਖ ਰਹੇ ਹਾਂ ਅਤੇ ਬਾਬਾ ਜੀ ਦੀ ਕਿਰਪਾ ਨਾਲ ਸਾਰਾ ਕੁਛ ਹੋ ਰਿਹਾ ਅਤੇ ਇਸ ਤੋਂ ਪਹਿਲਾਂ ਵੀ ਲੜਕੀਆਂ ਓਮਾਨ ਦੁਬਈ ਉੱਥੋਂ ਅਸੀਂ ਲੈ ਕੇ ਆਏ ਸੀਗੇ ਅਤੇ ਹੁਣ ਇਹ ਬੱਚਾ ਆਇਆ ਮਲੇਸ਼ੀਆ 'ਚ ਫਸਿਆ ਹੋਇਆ ਸੀਗਾ ਕੋਈ ਵੀ ਆਪਣਾ ਫਿਊਚਰ ਸੁਧਾਰਨ ਵਾਸਤੇ ਉੱਥੇ ਜਾਂਦਾ ਇਹ ਬੱਚਾ ਉੱਥੇ ਗਿਆ ਅਤੇ ਗਲਤੀ ਇਨਲੀਗਲ ਜਿਹੜੇ ਏਜੰਟ ਕੰਮ ਕਰ ਰਹੇ ਹੈ ਉਹਨਾਂ ਦੀ ਹੈ ਉਹਨਾਂ ਨੇ ਇਹਨੂੰ ਲਿਓਰ ਕੀਤਾ ਇਹਨਾਂ ਨੂੰ ਭਰਮਾਇਆ ਅਤੇ ਇਹ ਲੈ ਕੇ ਗਏ ਥਾਈਲੈਂਡ ਪਹਿਲਾਂ ਥਾਈਲੈਂਡ ਦੇ ਵਿੱਚ ਟੂਰਿਸਟ ਵੀਜ਼ਾ ਸੀਗਾ ਬਟ ਉੱਥੋਂ ਇਲੀਗਲ ਵੇ ਨਾਲ ਇਹ ਮਲੇਸ਼ੀਆ ਤਸਕਰੀ ਕਰ ਦਿੱਤੀ ਗਈ ਇਹਦੇ ਬੱਚੇ ਦੀ ਅਤੇ ਮਲੇਸ਼ੀਆ ਇਹਨੂੰ ਜੇਲ੍ਹ 'ਚ ਪਾ ਦਿੱਤਾ ਗਿਆ ਉਸ ਤੋਂ ਬਾਅਦ ਬਾਬਾ ਜੀ ਨੇ ਐੱਮ ਈ ਏ ਨਾਲ ਰਾਬਤਾ ਕੀਤਾ ਕਾਇਮ ਕੀਤਾ ਐੱਮ ਈ ਏ ਨੂੰ ਚਿੱਠੀਆਂ ਲਿਖੀਆਂ ਅਤੇ ਐੱਮ ਈ ਏ ਨੇ ਕੰਪਲਾਈ ਕੀਤਾ ਉਸਨੂੰ ਅਤੇ ਐੱਮ ਈ ਏ ਨੂੰ ਜਿੰਨਾ ਚਿੱਠੀ ਵਾਰਤਾ ਹੋਈ ਉਹਨਾਂ ਨੇ ਆਪਣੇ ਲੈਵਲ 'ਤੇ ਜਿਹੜੇ ਉਹਨਾਂ ਦੇ ਉੱਥੇ ਹੈਗੇ ਆ ਆਫਿਸਰਸ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਇਹਨੂੰ ਵਾਪਸ ਲਿਆਂਦਾ ਬਾਬਾ ਜੀ ਨੇ ਇਹਨਾਂ ਦੀ ਟਿਕਟ ਕਰਵਾਈ ਅਤੇ ਸਾਰਾ ਕੁਛ ਬਾਬਾ ਜੀ ਨੇ ਇਹਨਾਂ ਦਾ ਹੈਲਪ ਕੀਤੀ ਮੈਂ ਨਾ ਥੋੜ੍ਹਾ ਜਿਹਾ ਇਸਕੇ ਬਾਰੇ ਮੈਂ ਥੋੜ੍ਹਾ ਜਿਹਾ ਇਸ ਦੇ ਬਾਰੇ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਕੀ ਹੋਇਆ ਕਿ ਇੱਕ ਲੜਕੀ ਇੱਥੋਂ ਜਾਂਦੀ ਹੈ ਅਕਤੂਬਰ ਦੇ ਵਿੱਚ ਅਤੇ ਉਹਦਾ ਦੁਬਈ ਦੇ ਵਿੱਚ ਸ਼ੋਸ਼ਣ ਹੁੰਦਾ ਉਸ ਤੋਂ ਬਾਅਦ ਮਾਨ ਜਾਂਦੀ ਹੈ ਉੱਥੋਂ ਕੰਮ ਚੱਲਿਆ ਉਸ ਤੋਂ ਬਾਅਦ ਚੱਲਦਾ ਚੱਲਦਾ ਇਹ ਹੋਇਆ ਕਿ ਪੰਜਾਬ ਗੌਰਮੈਂਟ ਤੱਕ ਵੀ ਆਵਾਜ਼ ਪਹੁੰਚਾਈ ਅਸੀਂ ਸਾਰੀ ਗੱਲ ਹੋਈ ਅਤੇ ਫਿਰ ਐੱਸ ਆਈ ਟੀ ਬਣਾਈ ਗਈ ਇਹਦੇ ਵਿੱਚ ਐੱਸ ਆਈ ਟੀ ਬਣੀ ਹੋਈ ਹੈ ਉਹਦੇ ਵਿੱਚ 18-19 ਲਗਭਗ ਐੱਫ ਆਈ ਆਰਸ ਹੋ ਚੁੱਕੀਆਂ ਆਲਰੇਡੀ ਇਲੀਗਲ ਜਿਹੜੇ ਕੰਮ ਕਰਦੇ ਏਜੰਟਸ ਹੁਣ ਏਜੰਟਸ ਕੀ ਹੈ ਉਹ ਰਜਿਸਟਰਡ ਨਹੀਂ ਹੈ ਦੇ ਆਰ ਨੋਟ ਰਜਿਸਟਰਡ ਏਜੰਟਸ ਉਹ ਇਲੀਗਲੀ ਕੰਮ ਕਰਦੇ ਆ ਜਿਵੇਂ ਗਲੀ ਮੁਹੱਲੇ 'ਚ ਕੋਈ ਬੈਠਾ ਅਤੇ ਉਹ ਕਹਿੰਦਾ ਮੈਂ ਤੈਨੂੰ ਬਾਹਰ ਭੇਜ ਦੂੰਗਾ ਅਤੇ ਉਹ ਇਸ ਤਰ੍ਹਾਂ ਇਹਨਾਂ ਤੋਂ ਲਾਲਚ ਦੇ ਵਿੱਚ ਆ ਕੇ ਅਤੇ ਅੱਗੇ ਦੀ ਅੱਗੇ ਚੇਨ ਬਣਾਈ ਹੋਈ ਹੈ ਇਹ ਪਹਿਲੇ ਕੇਸ ਦੇ ਵਿੱਚ ਮੇਨ ਗੱਲ ਇਹ ਹੈ ਕਿ ਇੱਕ ਕੰਪਨੀ ਹੈ ਡਮੀ ਕੰਪਨੀਜ਼ ਹੈਗੀਆਂ ਅਤੇ ਏ ਐੱਮ ਡੀ ਟਰੈਂਡ ਸਲਿਊਸ਼ਨ ਆ ਮੈਂ ਨਾਮ ਵੀ ਲੈ ਸਕਦਾ ਕੰਪਨੀ ਦਾ ਉਸਨੇ ਕਈ ਲੜਕੀਆਂ ਉਸ ਤਰ੍ਹਾਂ ਬਾਹਰ ਭੇਜੀਆਂ ਉਹ ਕੀ ਕਰਦੇ ਸੀਗੇ ਕਿ ਸਰਵਿਸ ਡੋਮੈਸਟਿਕ ਹੈਲਪ ਵਾਸਤੇ ਲੈ ਕੇ ਜਾਂਦੇ ਆ ਇਹਨਾਂ ਨੂੰ ਇੱਥੇ ਏਜੰਟ ਇੱਕ ਐਡਵੋਕੇਟ ਹੀ ਹੈ ਮੈਂ ਉਹਦਾ ਨਾਮ ਤਾਂ ਨਹੀਂ ਲਾਊਂਗਾ ਅਤੇ ਉਹਨੇ ਅੱਗੇ ਪੰਜਾਬ ਦੇ ਏਜੰਟਸ ਨੈਟਵਰਕ ਬਣਾਇਆ ਹੋਇਆ ਉਹ ਪੰਜਾਬ ਦੇ ਏਜੰਟ ਜਿਹੜੇ ਲੋਕਲ ਹੈਗੇ ਉਹ ਚੱਕ ਕੇ ਇਹਨਾਂ ਨੂੰ ਲੜਕੀਆਂ ਜਾਂ ਲੜਕੇ ਦਿੰਦੇ ਆ ਫਿਰ ਅੱਗੇ ਭੇਜਦੇ ਆ ਹੁਣ ਇਸ ਕੇਸ ਦੇ ਵਿੱਚ ਵੀ ਇਹੀ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਕੀਤਾ ਕਿ ਐੱਸ ਆਈ ਟੀ ਬਣਾ ਕੇ ਐੱਫ ਆਈ ਆਰ ਲੌਂਚ ਕੀਤੀਆਂ ਅਤੇ ਇਹ 'ਚ ਨੱਥ ਤਾਂ ਪਊਗੀ ਹੁਣ ਅਵੇਅਰਨੈਸ ਵੀ ਵੱਧ ਰਹੀ ਹੈ ਬਾਬਾ ਜੀ ਕਦਮ ਚੱਕ ਰਹੇ ਆ ਅਤੇ ਇਹੀ ਚੱਲ ਰਿਹਾ ਸੱਚੀ